ਰਿਟਰਨਿੰਗ ਅਫਸਰ ਨੂੰ ਮੋਬਾਈਲ ਫੋਨ ਤੇ ਗੈਂਗਸਟਰ ਚੱਕੂ ਭਗਵਾਨਪੁਰੀ ਆਪਣ ਕੇ ਧਮਕੀ ਦੇਣ ਵਾਲਾ ਬਟਾਲਾ ਪੁਲਿਸ ਨੇ ਕੀਤਾ ਕਾਬੂ। ਪੰਚਾਇਤੀ ਚੋਣ 'ਚ ਖੜ੍ਹੇ ਇੱਕ ਉਮੀਦਵਾਰ ਤੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਦਿੱਤੀ ਸੀ ਧਮਕੀ। ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵੱਲੋਂ ਪੰਚਾਇਤੀ ਚੋਣ ਦੇ ਰਿਟਰਨਿੰਗ ਅਫਸਰ ਨੂੰ ਗੈਂਗਸਟਰ ਚੱਕੂ ਭਗਵਾਨਪੁਰੀਆ ਦੇ ਨਾਂ ਦੀ ਵਿਦੇਸ਼ੀ ਨੰਬਰ ਰਾਹੀਂ ਫੋਨ 'ਤੇ ਧਮਕੀ ਦਿੱਤੀ ਗਈ ਅਤੇ ਇਹ ਧਮਕਾਇਆ ਗਿਆ ਕਿ ਸਰਪੰਚ ਦੀ ਚੋਣ ਦੇ ਖੜ੍ਹੇ ਇੱਕ ਉਮੀਦਵਾਰ ਦੇ ਕਾਗਜ਼ ਰੱਦ ਕਰ ਦੇਵੋ। ਉੱਥੇ ਹੀ ਬਟਾਲਾ ਪੁਲਿਸ ਦੇ SP GS ਸਹੋਤਾ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਪੁਰਸ਼ੋਤਮ ਸਿੰਘ ਵਾਸੀ ਗੁਰਦਾਸਪੁਰ ਦੀ ਪੰਚਾਇਤੀ ਚੋਣ 2024 ਵਿੱਚ ਬਲਾਕ ਬਟਾਲਾ ਵਿਖੇ RO IK ਗੁਜਰਾਤ ਇੰਸਟੀਚਿਊਟ ਬਟਾਲਾ ਵਿਖੇ ਡਿਊਟੀ ਲੱਗੀ ਸੀ ਅਤੇ ਉਸ ਪਾਸ 12 ਗ੍ਰਾਮ ਪੰਚਾਇਤਾਂ ਚੋਣਾਂ ਲਈ ਅਲਾਟ ਕੀਤੀਆਂ ਗਈਆਂ ਸਨ। 5 ਅਕਤੂਬਰ ਨੂੰ ਵਟਸਐਪ ਕਾਲ ਉਸ ਦੇ ਨੰਬਰ 'ਤੇ ਆਈ ਅਤੇ ਉਸ ਨੇ ਅਟੈਂਡ ਕੀਤੀ ਤਾਂ ਅੱਗੋਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਜੱਗੂ ਭਗਵਾਨਪੁਰੀਆ ਬੋਲ ਰਿਹਾ ਹੈ, ਤੁਸੀਂ ਪੰਚਾਇਤੀ ਇਲੈਕਸ਼ਨ ਵਿੱਚ ਕਿਲ੍ਹਾ ਦਰਸ਼ਨ ਸਿੰਘ ਗ੍ਰਾਮ ਪੰਚਾਇਤ ਬਲਾਕ ਬਟਾਲਾ ਦੇ ਇੱਕ ਉਮੀਦਵਾਰ ਦੇ ਨਾਮਜ਼ਦਗੀ ਦਸਤਾਵੇਜ਼ ਰੱਦ ਕਰ ਦਿਓ, ਮੈਂ ਦੁਬਾਰਾ ਫੋਨ ਨਹੀਂ ਕਰਨਾ। ਇਹ ਗੱਲ ਧਮਕੀ ਭਰੇ ਲਹਿਜੇ ਨਾਲ ਕਹੀ ਗਈ ਤੇ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਰਿਟਰਨਿੰਗ ਅਫਸਰ ਪੁਰਸ਼ੋਤਮ ਸਿੰਘ ਵੱਲੋਂ ਇਸ ਸਬੰਧੀ ਥਾਣਾ ਸਿਵਲ ਐਂਡ ਬਟਾਲਾ 'ਚ ਮਾਮਲਾ ਦਰਜ ਕਰ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰ ਕੁਝ ਹੀ ਸਮੇਂ ਵਿੱਚ ਪੁਰਸ਼ੋਤਮ ਸਿੰਘ RO ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਗਿੱਲਾਂ ਵਾਲੀ ਵਜੋਂ ਹੋਈ ਹੈ। SP ਬਟਾਲਾ ਨੇ ਦੱਸਿਆ ਕਿ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਇਸ ਨੌਜਵਾਨ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਜਦਕਿ ਇਸ ਦੀ ਉਕਤ ਸਰਪੰਚ ਦੇ ਉਮੀਦਵਾਰ ਨਾਲ ਨਿੱਜੀ ਰੰਜਿਸ਼ ਸੀ, ਜਿਸ ਦੇ ਕਾਰਨ ਉਸਨੇ ਉਸਦੇ ਕਾਗਜ਼ ਰੱਦ ਕਰਵਾਉਣ ਲਈ ਇਹ ਕਾਲ ਆਪਣੇ ਕਿਸੇ ਰਿਸ਼ਤੇਦਾਰ ਜੋ ਆਸਟ੍ਰੇਲੀਆ 'ਚ ਰਹਿੰਦਾ ਹੈ ਦੇ ਨੰਬਰ ਰਾਹੀਂ ਕੀਤੀ ਸੀ ਅਤੇ ਪੁਲਿਸ ਦਾ ਕਹਿਣਾ ਸੀ ਕਿ ਇਸ ਦਾ ਰਿਮਾਂਡ ਲੈ ਕੇ ਅੱਗੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ, ਇਹਦੇ ਵਿੱਚ ਸਾਡੇ RO ਸੀਗੇ ਪੁਰਸ਼ੋਤਮ ਸਿੰਘ, ਜੋ ਕਿ RO 1 IK ਗੁਜਰਾਲ ਇੰਸਟੀਟਿਊਟ ਬਟਾਲਾ ਦੇ ਵਿੱਚ ਬਤੌਰ RO ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ। ਇਹਨਾਂ ਕੋਲ 12 ਗ੍ਰਾਮ ਪੰਚਾਇਤਾਂ ਸੀਗੀਆਂ ਅਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨਨੋਨ ਨੰਬਰ ਤੋਂ, ਬਾਹਰ ਦੇ ਨੰਬਰ ਤੋਂ ਕਾਲ ਆਈ ਅਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ 'ਤੇ ਅਟੈਂਡ ਨਹੀਂ ਕੀਤਾ, 10 ਕਾਲਾਂ ਆਈਆਂ। ਨੈਕਸਟ ਮੋਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਦੇ ਉੱਤੋਂ ਕਾਲਸ ਆਈਆਂ ਅਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਅਤੇ ਅਗਲੇ ਜਿਹੜਾ ਅਨਆਡੈਂਟੀਫਾਈਡ ਕਾਲਰ ਸੀਗਾ ਉਹਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ, ਜਿਹੜਾ ਕਿਲ੍ਹਾ ਦਰਸ਼ਨ ਸਿੰਘ, ਜਿਹੜਾ ਕਿਲ੍ਹਾ ਦਰਸ਼ਨ ਸਿੰਘ ਦੀ ਗ੍ਰਾਮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਅਤੇ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ। ਇਹਦੀ ਡਿਟੇਲ ਲੈਂਦੇ ਹੋਏ ਜਦੋਂ RO ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ, ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ, ਉਹਦੀ ਤਫਤੀਸ਼ ਦਰਜ ਸਟਾਰਟ ਕੀਤੀ ਅਤੇ ਤਫਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਜ਼ੋਲਵ ਕਰਾਏ ਤਾਂ ਉਸ ਦੋਸ਼ੀ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗਿੱਲਾਂ ਵਾਲੀ, ਜਿਹਨੇ ਇਹ ਕਾਲ ਕੀਤੀ ਸੀਗੀ ਅਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਅਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫਤੀਸ਼ ਵਧਾਵਾਂਗੇ ਜੀ। ਇਹ ਪਿੰਡ ਦਾ ਵਿਅਕਤੀ ਹੈ ਜੋ ਮੁੱਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਨਾਲ ਪੁਰਾਣੀ ਰੰਜਿਸ਼ ਸੀਗੀ, ਉਹਨਾਂ ਨਾਲ ਕੋਈ ਖਾਰ ਰੱਖਦੇ ਸੀ, ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਂਸਲ ਕਰਾਉਣ ਵਾਸਤੇ ਇਹਨੇ RO ਸਾਹਿਬ ਨੂੰ ਫੋਨ ਕੀਤਾ ਸੀਗਾ ਜੀ। ਜਿਹੜਾ ਨੰਬਰ ਵਰਤਿਆ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੋਡ ਰਹਿੰਦਾ ਸੀਗਾ, ਇਹਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ OTP ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ, ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀਗਾ। ਨਹੀਂ, ਉਹਨੂੰ ਹਜੇ ਨਹੀਂ ਹੋਏ, ਤਫਤੀਸ਼ ਦੇ ਦੌਰਾਨ ਉਹਦਾ ਰੋਲ ਦੇਖਾਂਗੇ। ਨਹੀਂ, ਇਹੋ ਜਿਹਾ ਕੁਛ ਨਹੀਂ ਹੈ ਜੋ ਉਹਨੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ,
ਕਿ ਉਹਨੇ ਨੈੱਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿੱਧਰੋਂ ਆਉਂਦੀਆਂ ਨੇ, ਜਾਂ ਉਹਨੇ ਯੂਟਿਊਬ ਤੋਂ ਸਰਚ ਕੀਤਾ, ਸੋ ਸਭ ਤੋਂ ਪਹਿਲਾਂ ਇਹੀ ਉਹਦੇ ਸਰਚ ਵਿੱਚ ਆਇਆ, ਅਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਅਤੇ ਅੱਗੇ ਥ੍ਰੈਟ ਕਾਲ ਦਿੱਤੀ ਸੀ। ਅਤੇ ਪਹਿਲੋ ਕੇਸ ਸੀਗਾ 2013 ਦੇ ਵਿੱਚ, ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਭਜਾਉਣ ਦਾ ਇਹਦੇ 'ਤੇ ਕੇਸ ਦਰਜ ਹੋਇਆ ਸੀ, 363 ਛਾੜ ਦਾ, ਅਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਇੱਥੇ ਦਰਜ ਹੋਇਆ। ਨਹੀਂ, ਹਜੇ ਤੱਕ ਤਾਂ ਮੁੱਢਲੀ ਤਫਤੀਸ਼ ਵਿੱਚ ਇਹਦਾ ਇਕੱਲੇ ਦਾ ਰੋਲ ਇਸਟੈਬਲਿਸ਼ ਹੋਇਆ, ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋਈ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਨਾਮਜ਼ਦ ਕੀਤਾ ਜਾਏਗਾ। ਇਹ ਫਰੌਤੀ ਨਹੀਂ ਮੰਗੀ ਜੀ, ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ।